ਸੰਗਰੂਰ ਦੇ ਪਿੰਡ ਭਗਵਾਨਪੁਰਾ ਵਿੱਚ ਵੀਰਵਾਰ ਨੂੰ 4 ਵਜੇ ਦੇ ਕਰੀਬ 145 ਫੁੱਟ ਡੂੰਘੇ ਬੋਰਵੈੱਲ ਵਿੱਚ ਡਿੱਗਾ 2 ਸਾਲ ਦਾ ਬੱਚਾ ਫਤਿਹਵੀਰ ਅਜੇ ਵੀ ਜ਼ਿੰਦਗੀ ਲਈ ਜੱਦੋ ਜਹਿਦ ਕਰ ਰਿਹਾ। 2 ਦਿਨਾਂ ਤੋਂ ਲਗਾਤਾਰ ਬਚਾਅ ਲਈ ਚੱਲ ਰਹੇ ਰੈਸਕਿਊ ਆਪਰੇਸ਼ਨ ਦੇ ਬਾਅਦ ਵੀ ਬੱਚੇ ਨੂੰ ਬਾਹਰ ਕੱਢਿਆ ਨਹੀਂ ਜਾ ਸਕਿਆ। ਦੱਸਿਆ ਜਾ ਰਿਹਾ ਕਿ ਫਤਿਹਵੀਰ 110 ਫੁੱਟ 'ਤੇ ਫਸਿਆ ਹੋਇਆ। ਬੱਚੇ ਨੂੰ ਸੁਰੱਖਿਅਤ ਬਾਹਰ ਕੱਢਣ ਲਈ NDRF ਦੇ 26 ਜਵਾਨ ਵੀਰਵਾਰ ਸ਼ਾਮ ਤੋਂ ਪੂਰੀ ਮੁਸ਼ਕਲ ਕਰ ਰਹੇ ਨੇ। ਕੱਲ੍ਹ ਮੈਨੂੰ 4:15 ਦੇ ਕਰੀਬ ਜਦੋਂ ਜਿਹੜਾ ਬੱਚਾ ਉਹਦੇ ਚਾਚੇ ਦਾ ਫੋਨ ਆਇਆ ਗੁਰਪ੍ਰੀਤ ਮੰਗੀ ਦਾ ਕਿ ਸਾਡਾ ਭਤੀਜਾ ਬੋਰ 'ਚ ਡਿੱਗ ਗਿਆ, ਉਹਦੇ ਲਈ ਹੈਲਪ ਕਰ ਲਈ, ਪ੍ਰਸ਼ਾਸਨ ਨਾਲ ਗੱਲਬਾਤ ਕਰੋ ਜਲਦੀ। ਸੋ ਮੈਂ ਵਿਦਿਨ ਫਿਊ ਮਿੰਟਸ ਜਿਹੜਾ ਹੈਗਾ DC ਸੰਗਰੂਰ SSP ਸੰਗਰੂਰ ਨਾਲ ਗੱਲਬਾਤ ਕੀਤੀ ਔਰ ਉਸੇ ਸਮੇਂ ਜਿਹੜੀਆਂ ਟੀਮਾਂ ਆ ਚੁੱਕੀਆਂ ਸੀ ਔਰ ਲਗਾਤਾਰ ਕੱਲ੍ਹ ਦਾ ਆਪਰੇਸ਼ਨ ਜਾਰੀ ਆ। ਕਿਤੇ ਨਾ ਕਿਤੇ ਟੈਕਨੀਕਲ ਪ੍ਰੋਬਲਮਸ ਆ ਰਹੀਆਂ ਨੇ ਕਿਉਂਕਿ ਇਹ ਬੱਚਾ ਬੋਰ ਜਿਹੜਾ ਹੈਗਾ ਉੱਪਰੋਂ 9 ਇੰਚ ਚੌੜਾ ਗਾ ਔਰ ਥੱਲੋਂ 7 ਇੰਚ ਚੌੜਾ ਗਾ। ਇਸ ਗੱਲ ਕਰਕੇ ਜਿਹੜਾ ਬੱਚਾ ਮੈਂ ਸਮਝਦਾ ਉਹ 9 ਤੋਂ ਲੈ ਕੇ 7 ਇੰਚ ਵਿਚਕਾਰ ਜਿਹੜਾ ਜੋ ਬੋਰ ਆ ਉਹ 'ਚ ਫਸਿਆ ਹੋਇਆ, ਕਿਤੇ ਨਾ ਕਿਤੇ ਉਹਦੀ ਟੈਕਨੀਕਲ ਪ੍ਰੋਬਲਮ ਆ ਰਹੀ ਆ। ਜਿਹੜੀ ਹੁਣ ਜਿਹੜੀ ਨਵਾਂ ਇੱਕ ਹੋਰ ਲੋਕਲ ਲੋਕਾਂ ਨੇ ਤਿਆਰ ਕੀਤਾ ਸਿਸਟਮ, ਉਹਦੇ ਨਾਲ ਲੱਗਦਾ ਵੀ ਜਲਦੀ ਰੈਸਕਿਊ ਆਪਰੇਸ਼ਨ ਸਹੀ ਹੋ ਜੂਗਾ। ਤੁਹਾਨੂੰ ਲੱਗਦਾ ਨਹੀਂ ਕਿ ਸਪੀਡ ਬੜੀ ਸਲੋ ਹੈ, ਬੜਾ ਸਲੋ ਕੰਮ ਚੱਲ ਰਿਹਾ ਕਿਉਂਕਿ ਜਿਸ ਤੱਕ 24 ਘੰਟੇ ਜ਼ਿਆਦਾ ਸਮੇਂ ਬੀਤ ਚੁੱਕਾ ਵੈ, ਬੱਚੇ ਨਾ ਤਾਂ ਖਾਣ ਵਾਸਤੇ ਮਿਲ ਪਾ ਰਿਹਾ ਨਾ ਪੀਣ ਵਾਸਤੇ ਪੀ ਪਾ ਰਿਹਾ, ਇਸ ਕੰਡੀਸ਼ਨ 'ਚ ਬੱਚੇ ਦਾ ਸਰਵਾਈਵ ਕਰਨਾ ਬੜਾ ਮੁਸ਼ਕਿਲ ਹੋ ਸਕਦਾ। ਦੇਖੋ ਇਸ ਸਮੇਂ ਮੈਂ ਸਮਝਦਾ ਪ੍ਰਸ਼ਾਸਨ ਕੱਲ੍ਹ ਦਾ ਜਦੋਂ ਦਾ ਪ੍ਰਸ਼ਾਸਨ ਹਰਕਤ 'ਚ ਆਏਗਾ ਉਸ ਸਮੇਂ ਲਗਾਤਾਰ ਪ੍ਰਸ਼ਾਸਨ ਜਿਹੜਾ ਕੋਸ਼ਿਸ਼ ਕਰ ਰਿਹਾ ਹੈਗਾ। ਪਹਿਲਾਂ NDRF ਦੀਆਂ ਟੀਮਾਂ ਵੀ ਆਈਆਂ, ਮਿਲਟਰੀ ਦੀ ਟੀਮ ਵੀ ਆਈ, ਲੋਕਲ ਪ੍ਰਸ਼ਾਸਨ ਜਿਹੜਾ ਉਹਨੇ ਬਹੁਤ ਜ਼ੋਰ ਲਾਇਆ। ਹੁਣ ਜਿਹੜਾ ਇੱਕ ਨਵਾਂ ਢੰਗ ਤਿਆਰ ਕੀਤਾ ਗਿਆ, ਲੱਗਦਾ ਕਿ ਇਹਦੇ ਨਾਲ ਜਲਦੀ ਜਿਹੜਾ ਬਚਾਅ ਹੋ ਜੂਗਾ। ਔਰ ਬੱਚਾ ਮੈਨੂੰ ਜਿੰਨਾ ਕੁ ਪਤਾ ਲੱਗਿਆ ਡਾਕਟਰਸ ਤੋਂ, ਹਜੇ ਤੱਕ ਉਹਦੀ ਮੂਵਮੈਂਟਸ ਹੈਗੀਆਂ ਨੇ, ਮੂਵਮੈਂਟ ਬਣੀਆਂ ਹੋ ਜਾਣਗੀਆਂ। ਸੋ ਸਾਰੇ ਲੋਕ ਜਿਹੜੇ ਹੈਗੇ ਸਾਰੇ ਖੜੇ ਨੇਗੇ, ਅਰਦਾਸ ਕਰ ਰਹੇ ਨੇਗੇ ਕਿ ਵਾਹਿਗੁਰੂ ਔਰ ਜਿਹੜੀ ਆ ਜ਼ਿੰਦਗੀ ਨੂੰ ਸਹੀ ਸਲਾਮਤ ਰੱਖੇ ਔਰ ਸਾਰੇ ਅਸੀਂ ਅਰਦਾਸ ਕਰ ਰਹੇ ਹਾਂ। ਸੋ ਮੈਂ ਕਹਿੰਦਾ ਥੋੜ੍ਹਾ ਵੇਟ ਕਰੋ, ਵੇਟ ਕਰਨ ਤੋਂ ਬੜਾ ਬੜਾ ਜਲਦੀ ਹੀ ਜਿਹੜਾ ਬੱਚਾ ਬਾਹਰ ਆਉਣ ਦੀ ਸੰਭਾਵਨਾ ਹੈ। ਕੱਲ੍ਹ ਵੀ ਤੁਸੀਂ ਆਏ ਸੀ, ਅੱਜ ਵੀ ਤੁਸੀਂ ਆਏ ਹੋ, ਲੱਗਦਾ ਨਹੀਂ ਹੈ ਕਿ ਇੱਥੇ ਮੌਜੂਦਾ ਜਿਹੜੇ ਕਾਂਗਰਸੀ ਲੀਡਰ ਹੈਗੇ ਆ ਉਹਨਾਂ ਵਿੱਚੋਂ ਜਿਹੜੇ ਮੇਨ ਹੈਗੇ ਆ ਸਿੰਘਾ ਸਾਹਿਬ ਉਹ ਅਜੇ ਤੱਕ ਨਹੀਂ ਪਹੁੰਚ ਪਾਏ? ਦੇਖੋ ਮੈਂ ਸਮਝਦਾ ਇਸ ਮਸਲੇ ਸਿਆਸਤ ਨਹੀਂ ਹੋਣੀ ਚਾਹੀਦੀ, ਕਿਉਂਕਿ ਬੱਚਾ ਸਾਨੂੰ ਸਭ ਤੋਂ ਪਹਿਲਾਂ ਬੱਚਾ ਬਚਾਉਣਾ ਚਾਹੀਦਾ। ਇਹ ਗੱਲਾਂ ਬਾਅਦ ਦੀਆਂ ਬਾਅਦ 'ਚ ਕਰ ਲਵਾਂਗੇ, ਕੌਣ ਪਹੁੰਚਿਆ ਨਹੀਂ, ਕੌਣ ਨਹੀਂ ਪਹੁੰਚਿਆ, ਕਿਉਂਕਿ ਕਈ ਲੋਕ ਬਾਹਰ ਹੁੰਦੇ ਨੇ, ਕਿਤੇ ਬਾਹਰ ਗਏ ਹੁੰਦੇ ਨੇ, ਨਹੀਂ 24 ਘੰਟੇ 'ਚ ਪਹੁੰਚ ਸਕਦੇ। ਜਿਸ ਤਰ੍ਹਾਂ ਅਮਨ ਅਰੋੜਾ ਜੀ ਫੋਰਨ 'ਚ ਗਏ ਹੋਏ ਨੇ, ਅਮਰੀਕਾ ਗਏ ਹੋਏ, ਨਹੀਂ ਪਹੁੰਚ ਸਕਦੇ, ਉਹਨਾਂ ਦਾ ਪਰਿਵਾਰ ਆਇਆਗਾ। ਸੋ ਸਾਡੀ ਸਮੁੱਚੀ ਪਾਰਟੀ ਵੱਲੋਂ ਮੈਂ ਆਇਆਂਗਾ, ਹੋਰ ਬਹੁਤ ਸਾਰੇ ਪਾਰਟੀਆਂ ਦੇ ਲੋਕ ਆ ਰਹੇ ਨੇ। ਸੋ ਇਹ ਸਿਆਸਤ ਕਰਨ ਦਾ ਕੋਈ ਸਮਾਂ ਨਹੀਂ ਅੱਜ, ਫਿਲਹਾਲ ਬੱਚੇ ਨੂੰ ਬਚਾਉਣ ਦੀ ਗੱਲ ਆ। ਦੇਖੋ ਨੈਸ਼ਨਲ ਡਿਜ਼ਾਸਟਰ ਜਿਹੜੀ ਪੰਜਾਬ ਦੀ ਟੀਮ ਆ, ਮੈਂ ਸਮਝ ਕੇ ਨਹੀਂ ਪਹੁੰਚੀ ਤਾਂ ਬੜੀ ਮੰਦਭਾਗੀ ਗੱਲ ਆ, ਪਰ ਲੇਕਿਨ ਉਹ ਤੋਂ ਵੱਡੀ ਟੀਮ ਜਿਹੜੀ ਹੈਗੀ ਆ ਸੈਂਟਰ ਦੀ ਉਹ ਪਹੁੰਚ ਚੁੱਕੀ ਆ, ਉਹ ਆਪਰੇਸ਼ਨ 'ਚ ਜਾਰੀ ਕਰਨ ਲੱਗੀ ਹੋਈ ਹੈ।